ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਰਬਿੰਦਰ ਪਾਲ। ਪੰਜਾਬ ਦੇ ਵਿੱਚ ਹੁਣੇ ਹੁਣੇ ਬਰਸਾਤ ਹੋ ਕੇ ਹਟੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਰਸਾਤ ਹੋਣ ਦੀਆਂ ਗੱਲਾਂ ਮੌਸਮ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਅਜੇ ਵੀ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਹੈ ਤੇ ਕਾਫੀ ਸਾਲਾਂ ਬਾਅਦ ਇਸ ਸਾਲ ਇਹ ਵੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲੰਬੇ ਲੰਬੇ ਬਿਜਲੀ ਦੇ ਕੱਟ ਨਹੀਂ ਲੱਗ ਰਹੇ ਤੇ ਇਸ ਤਾਜ਼ਾ ਹੋਈ ਬਰਸਾਤ ਨੇ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਵੀ ਘਟਾ ਦਿੱਤੀ ਹੈ। ਮੰਗਲਵਾਰ ਤੋਂ ਪਹਿਲਾਂ ਜੋ ਕਿ ਬਿਜਲੀ ਦੀ ਖਪਤ 12,000 ਤੋਂ ਉੱਪਰ ਮੈਗਾਵਾਟ ਦੱਸੀ ਜਾ ਰਹੀ ਸੀ, ਉਹ ਹੁਣ 10,000 ਕੁਛ ਮੈਗਾਵਾਟ 'ਤੇ ਆ ਗਈ ਹੈ ਅਤੇ ਇਸ ਭਾਰੀ ਕਮੀ ਨੂੰ ਵੇਖਦੇ ਹੋਏ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਕੋਇਲੇ ਦੀ ਬੱਚਤ ਕਰਨ ਦੇ ਵੱਲ ਧਿਆਨ ਦਿੱਤਾ ਹੈ ਅਤੇ ਪੰਜਾਬ ਦੇ 4 ਥਰਮਲ ਪਲਾਂਟਾਂ ਦੇ 4 ਯੂਨਿਟ ਬੰਦ ਕਰ ਦਿੱਤੇ ਗਏ ਨੇ ਅਤੇ ਇੱਕ ਯੂਨਿਟ ਤਕਨੀਕੀ ਦੋਸ਼ ਦੇ ਕਾਰਨ ਪਹਿਲਾਂ ਤੋਂ ਹੀ ਬੰਦ ਪਿਆ ਹੈ। ਤਕਰੀਬਨ 5 ਜੋ ਯੂਨਿਟ ਨੇ ਥਰਮਲ ਪਲਾਂਟਾਂ ਦੇ ਉਹ ਬੰਦ ਨੇ ਅਤੇ ਇਸ ਨਾਲ ਕੋਇਲੇ ਦੀ ਬੱਚਤ ਕੀਤੀ ਜਾ ਰਹੀ ਹੈ ਅਤੇ ਵੈਸੇ ਵੀ ਅਗਨੀਪਥ ਯੋਜਨਾ ਦੇ ਕਾਰਨ ਕਾਫੀ ਜ਼ਿਆਦਾ ਹਿੰਸਕ ਪ੍ਰਦਰਸ਼ਨ ਹੋ ਰਹੇ ਨੇ, ਇਸ ਕਾਰਨ ਟ੍ਰੇਨਾਂ ਬੰਦ ਕੀਤੀਆਂ ਜਾ ਰਹੀਆਂ ਨੇ ਅਤੇ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਕੋਇਲੇ ਦੀ ਕਾਫੀ ਕਮੀ ਆ ਰਹੀ ਸੀ ਅਤੇ ਕੁਛ ਹੀ ਦਿਨਾਂ ਦਾ ਕੋਇਲਾ ਥਰਮਲ ਪਲਾਂਟਾਂ ਦੇ ਕੋਲ ਬਚਿਆ ਸੀ ਅਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਕੋਇਲੇ ਨੂੰ ਬਚਾਉਣ ਲਈ ਇਹ ਯੂਨਿਟ ਬੰਦ ਕਰ ਦਿੱਤੇ ਨੇ ਅਤੇ ਕਿਹੜੇ ਕਿਹੜੇ ਯੂਨਿਟ ਬੰਦ ਕੀਤੇ ਗਏ ਨੇ ਅਤੇ ਪੰਜਾਬ ਦੇ ਵਿੱਚ ਕਿੰਨੀ ਬਰਸਾਤ ਤੋਂ ਪਹਿਲਾਂ ਬਿਜਲੀ ਦੀ ਖਪਤ ਸੀ ਅਤੇ ਬਰਸਾਤ ਤੋਂ ਬਾਅਦ ਬਿਜਲੀ ਦੀ ਖਪਤ ਦੇ ਵਿੱਚ ਕਿੰਨੀ ਕੁ ਕਮੀ ਵੇਖੀ ਜਾ ਰਹੀ ਹੈ, ਜਾਣਦੇ ਹਾਂ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ। ਗਰਮੀ ਦੀ ਬਰਸਾਤ ਨੇ ਪੰਜਾਬ ਕੀਤਾ ਠੰਡਾ, ਹੁਣ ਬਿਜਲੀ ਦੀ ਨਹੀਂ ਰਹੀ ਕੋਈ ਕਿੱਲਤ। ਕੋਇਲਾ ਬਚਾਉਣ ਲਈ ਕੀਤੇ 4 ਯੂਨਿਟ ਬੰਦ। ਹਰ ਸਾਲ ਗਰਮੀ ਦੇ ਵਿੱਚ ਬਿਜਲੀ ਦੀ ਕਮੀ ਕਾਰਨ ਲੋਕਾਂ ਨੂੰ ਜੂਝਣਾ ਪੈਂਦਾ ਹੈ ਤੇ ਬਿਜਲੀ ਮਹਿਕਮੇ ਵੱਲੋਂ ਲਗਾਏ ਜਾਂਦੇ ਲੰਬੇ ਲੰਬੇ ਬਿਜਲੀ ਦੇ ਕੱਟ ਗਰਮੀ ਦੇ ਮੌਸਮ 'ਚ ਆਮ ਬੰਦੇ ਨੂੰ ਜਿਉਣਾ ਮੁਸ਼ਕਿਲ ਕਰ ਦਿੰਦੇ ਨੇ ਤੇ ਹਾਲੋ ਬੇਹਾਲ ਕਰ ਸੁੱਟਦੇ ਨੇ। ਇਸ ਸਾਲ ਕੁਛ ਰਾਹਤ ਦੀ ਸਾਹ ਪੰਜਾਬ ਦੇ ਲੋਕਾਂ ਨੂੰ ਆਈ ਹੈ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਚੱਲਦਾ ਹੋਣ ਦੇ ਬਾਵਜੂਦ ਬੀਤੇ 3-4 ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਬਿਜਲੀ ਦੀ ਮੰਗ ਘੱਟ ਗਈ ਹੈ ਤੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਜਿੱਥੇ ਪਹਿਲਾਂ 12,800 ਮੈਗਾਵਾਟ ਸੀ ਲੇਕਿਨ ਸੂਬੇ ਵਿੱਚ ਮੰਗਲਵਾਰ ਨੂੰ ਬਿਜਲੀ ਦੀ ਇਹ ਮੰਗ ਜ਼ਿਆਦਾ ਤੋਂ ਜ਼ਿਆਦਾ 10,657 ਮੈਗਾਵਾਟ ਦਰਜ ਕੀਤੀ ਗਈ ਹੈ। ਪਾਵਰਕੌਮ ਨੇ ਕੋਇਲਾ ਬਚਾਉਣ ਲਈ ਲਗਾਇਆ ਦਿਮਾਗ। ਬਰਸਾਤ ਹੋਣ ਕਾਰਨ ਸੂਬੇ 'ਚ ਬਿਜਲੀ ਦੀ ਮੰਗ 2143 ਮੈਗਾਵਾਟ ਘਟੀ ਹੈ। ਇਸ ਦੇ ਮੱਦੇਨਜ਼ਰ ਪਾਵਰਕੌਮ ਨੇ ਵੀ ਵਹਿੰਦੀ ਗੰਗਾ 'ਚ ਹੱਥ ਪੈਰ ਧੋਣ ਦੀ ਠਾਣ ਲਈ ਤੇ ਕੋਇਲਾ ਬਚਾਉਣ ਵੱਲ ਧਿਆਨ ਦੇ ਦਿੱਤਾ। ਪਾਵਰਕੌਮ ਨੇ ਕੋਇਲੇ ਦੀ ਬੱਚਤ ਕਰਨ ਲਈ ਰੋਪੜ, ਲਹਿਰਾ ਮੁਹੱਬਤ ਸਮੇਤ ਗੋਇੰਦਵਾਲ ਥਰਮਲ ਪਲਾਂਟਾਂ ਦੇ 4 ਯੂਨਿਟ ਫਿਲਹਾਲ ਬੰਦ ਕਰ ਦਿੱਤੇ ਨੇ, ਜਦਕਿ ਲਹਿਰਾ ਮੁਹੱਬਤ ਦਾ 1 ਯੂਨਿਟ ਤਕਨੀਕੀ ਨੁਕਸ ਹੋਣ ਕਾਰਨ ਬੰਦ ਪਿਆ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਮੰਗਲਵਾਰ ਨੂੰ ਦਿਨ ਭਰ 62 ਫੀਡਰ ਬੰਦ ਰਹਿਣ ਦੇ ਕਾਰਨ ਸਪਲਾਈ ਸੰਬੰਧੀ 39,428 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਹਨਾਂ ਵਿੱਚੋਂ 24 ਫੀਡਰ 2 ਘੰਟੇ ਲਈ, 30 ਫੀਡਰ 2 ਤੋਂ 4 ਘੰਟੇ ਲਈ ਤੇ 6 ਫੀਡਰ 4 ਤੋਂ 6 ਘੰਟੇ ਲਈ ਤੇ 2 ਫੀਡਰ 6 ਘੰਟੇ ਤੋਂ ਵੀ ਜ਼ਿਆਦਾ ਸਮੇਂ ਲਈ ਡਾਊਨ ਰਹੇ। ਅਗਨੀਪਥ ਯੋਜਨਾ ਕਾਰਨ ਵੀ ਕੋਇਲੇ ਦੀ ਹੋ ਰਹੀ ਸੀ ਘਾਟ। ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਚੱਲ ਰਹੇ ਵਿਰੋਧ ਮੁਜ਼ਾਹਰਿਆਂ ਦੇ ਕਾਰਨ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਕਾਰਨ ਝਾਰਖੰਡ ਸਮੇਤ ਹੋਰ ਥਾਵਾਂ ਤੋਂ ਕੋਇਲੇ ਦੀ ਸਪਲਾਈ ਵੀ ਅਸਰਅੰਦਾਜ਼ ਹੋਈ ਹੈ ਤੇ ਇਸ ਮੌਕੇ ਰੋਪੜ ਦੇ ਵਿੱਚ 18, ਲਹਿਰਾ ਮੁਹੱਬਤ ਦੇ ਵਿੱਚ 15, ਰਾਜਪੁਰਾ ਦੇ ਵਿੱਚ 24 ਤੇ ਗੋਇੰਦਵਾਲ ਦੇ ਵਿੱਚ ਸਿਰਫ 1 ਦਿਨ ਤੇ ਤਲਵੰਡੀ ਸਾਬੋ ਦੇ ਵਿੱਚ ਸਿਰਫ 5 ਦਿਨਾਂ ਦਾ ਕੋਇਲਾ ਬਾਕੀ ਬਚਿਆ ਹੈ ਤੇ ਅਜਿਹੀ ਹਾਲਤ ਦੇ ਵਿੱਚ ਜਦੋਂ ਬਰਸਾਤ ਦੇ ਮੌਸਮ ਕਾਰਨ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਵਿੱਚ ਕਮੀ ਆ ਗਈ ਹੈ ਤਾਂ ਦੂਜੇ ਪਾਸੇ ਐਕਸਚੇਂਜ ਦੇ ਵਿੱਚ ਵੀ ਬਿਜਲੀ ਸਸਤੀਆਂ ਦਰਾਂ ਤੇ ਮਿਲਦੀ ਹੈ ਤਾਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਵਰਕੌਮ ਨੇ ਵੀ ਦਿਮਾਗ ਲਗਾਇਆ ਤੇ ਰੋਪੜ ਵਿਖੇ 210 ਮੈਗਾਵਾਟ ਦਾ 1 ਯੂਨਿਟ, ਲਹਿਰਾ ਦੇ ਵਿੱਚ 210 ਤੇ 250 ਮੈਗਾਵਾਟ ਦੇ 2 ਯੂਨਿਟ ਅਤੇ ਗੋਇੰਦਵਾਲ ਦੇ ਵਿੱਚ 270 ਮੈਗਾਵਾਟ ਦਾ 1 ਯੂਨਿਟ ਬੰਦ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਸ ਮੌਕੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 3 ਯੂਨਿਟ ਬੰਦ ਪਏ ਨੇ। ਇਹਨਾਂ ਵਿੱਚੋਂ 1 ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਪਿਆ ਹੈ ਤੇ ਇਹਨਾਂ 5 ਯੂਨਿਟਾਂ ਦੇ ਬੰਦ ਹੋਣ ਕਾਰਨ 1150 ਮੈਗਾਵਾਟ ਬਿਜਲੀ ਦੀ ਸਪਲਾਈ ਬੰਦ ਹੈ। ਪਾਵਰਕੌਮ ਨੂੰ ਬਿਜਲੀ ਦੀ ਸਪਲਾਈ ਵਿੱਚ ਨਹੀਂ ਆ ਰਹੀ ਦਿੱਕਤ। ਕੋਇਲੇ ਦੀ ਸਪਲਾਈ ਘੱਟ ਜਾਣ ਦੇ ਕਾਰਨ ਵੀ ਪਾਵਰਕੌਮ ਨੂੰ ਬਿਜਲੀ ਦੀ ਮੰਗ ਪੂਰੀ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਈ।
ਪਾਵਰਕਾਮ ਨੇ ਤਕਰੀਬਨ 4.5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 6200 ਮੈਗਾਵਾਟ ਬਿਜਲੀ ਬਾਹਰੋਂ ਮੰਗਵਾਈ ਹੈ ਤੇ ਇਸ ਦੇ ਨਾਲ ਹੀ ਪਾਵਰਕਾਮ ਨੇ ਆਪਣੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਤੋਂ 610 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 3050 ਮੈਗਾਵਾਟ ਤੇ ਹੋਰ ਸਰੋਤਾਂ ਤੋਂ ਤਕਰੀਬਨ 44073 ਮੈਗਾਵਾਟ ਬਿਜਲੀ ਹਾਸਲ ਕੀਤੀ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਹੁਣੇ ਹੁਣੇ ਹੋਈ ਬਰਸਾਤ ਨੇ ਕਾਫੀ ਚੰਗਾ ਅਸਰ ਵਿਖਾਇਆ ਹੈ ਤੇ ਇਸ ਨਾਲ ਜਿੱਥੇ ਪੰਜਾਬ ਦੇ ਇਲਾਕਿਆਂ ਵਿੱਚ ਠੰਡ ਪਸਰੀ ਹੈ ਤਾਂ ਉੱਥੇ ਹੀ ਬਿਜਲੀ ਦੀ ਕਮੀ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਬਰਸਾਤ ਜਿੱਥੇ ਝੋਨੇ ਦੀ ਫਸਲ ਲਈ ਲਾਭਦਾਇਕ ਹੈ ਤਾਂ ਉੱਥੇ ਹੀ ਗਰਮੀ ਦੀ ਇਸ ਕਹਿਰ ਕਮਾਉਣ ਦੀ ਰੁੱਤ ਦੇ ਵਿੱਚ ਆਮ ਲੋਕਾਂ ਲਈ ਵੀ ਸੁੱਖ ਦੀ ਸਾਹ ਲੈ ਕੇ ਆਈ ਹੈ। ਬਿਊਰੋ ਰਿਪੋਰਟ, ਜਗਬਾਣੀ ਟੀਵੀ।